ਹਰਨੀਆ ਦਾ ਓਪਰੇਸ਼ਨ ਅਗਰ ਆਪਾਂ ਨਹੀਂ ਕਰਵਾਉਂਦੇ ਤਾਂ ਵਿਦ ਟਾਈਮ ਉਹਦੀ ਸਵੈਲਿੰਗ ਵੱਧਦੀ ਰਹਿੰਦੀ ਹੈ ਅਤੇ ਉਸ 'ਚ ਦਰਦ ਵੱਧ ਜਾਂਦਾ ਹੈ ਜਾਂ ਕਈ ਵਾਰ ਉਸ 'ਚ ਆਂਤਰ ਫਸਣ ਕਰਕੇ ਬੰਦ ਪੈ ਜਾਂਦਾ ਹੈ। NHS ਹੋਸਪਿਟਲ ਆਪਣੇ ਖੇਤਰ ਵਿੱਚ ਸਭ ਤੋਂ ਨਵੀਂ ਤਕਨੀਕ, ਵਧੀਆ ਡਾਕਟਰ, ਵਧੀਆ ਸਟਾਫ ਅਤੇ ਬੈਸਟ ਨਰਸਿੰਗ ਕੇਅਰ ਵਾਸਤੇ ਜਾਣਿਆ ਜਾਂਦਾ ਹੈ। ਸਾਡੇ ਹਸਪਤਾਲ ਵਿੱਚ ਜੋ ਸਰਜਰੀਜ਼ ਕੀਤੀਆਂ ਜਾਂਦੀਆਂ ਨੇ ਉਹ ਲੇਟੈਸਟ ਟੈਕਨੀਕ ਲੇਟੈਸਟ ਟੈਕਨੋਲੋਜੀ ਨਾਲ ਕੀਤੀਆਂ ਜਾਂਦੀਆਂ। ਸਾਡਾ ਡਿਪਾਰਟਮੈਂਟ ਦੂਰਬੀਨ ਅਤੇ ਲੇਜ਼ਰ ਦੇ ਨਾਲ ਅਤੇ ਓਪਨ ਓਪਰੇਸ਼ਨ ਵੀ ਕਰਦਾ ਹੈ। ਦੂਰਬੀਨ ਨਾਲ ਹੋਣ ਵਾਲੇ ਓਪਰੇਸ਼ਨਾਂ ਦੇ ਵਿੱਚ ਕਾਮਨ ਓਪਰੇਸ਼ਨ ਜਿਵੇਂ ਪਿੱਤੇ ਦੀ ਪੱਥਰੀ ਦਾ ਓਪਰੇਸ਼ਨ, ਹਰਨੀਆਂ ਦੇ ਓਪਰੇਸ਼ਨ, ਪੇਟ ਦੀ ਆਂਤਰਾਂ ਦੇ ਓਪਰੇਸ਼ਨ ਅਤੇ ਹੋਰ ਪੇਟ ਦੇ ਓਪਰੇਸ਼ਨ ਕੀਤੇ ਜਾਂਦੇ ਹਨ। ਲੇਜ਼ਰ ਦੇ ਨਾਲ ਜੋ ਓਪਰੇਸ਼ਨ ਕੀਤੇ ਜਾਂਦੇ ਹਨ ਉਹ 'ਚ ਵੈਰੀਕੋਸ ਵੇਨ ਯਾਨੀ ਪੈਰਾਂ ਦੀ ਨਾੜਾਂ ਦੇ ਓਪਰੇਸ਼ਨ ਅਤੇ ਪ੍ਰੋਕਟੋਲੋਜੀ ਯਾਨੀ ਕਿ ਬਵਾਸੀਰ, ਫਿਸਚਲਾ, ਫਿਸ਼ਰ, ਪਾਇਲੈਂਡਲ ਸਾਈਨਸ, ਇਹ ਸਭ ਬਿਮਾਰੀਆਂ ਦੇ ਓਪਰੇਸ਼ਨ ਕੀਤੇ ਜਾਂਦੇ। ਅੱਜ ਜਿਸ ਬਿਮਾਰੀ ਬਾਰੇ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਹਾਂ ਉਹ ਹੈ ਹਰਨੀਆ। ਹਰਨੀਆ ਇੱਕ ਬੜੀ ਕਾਮਨ ਬਿਮਾਰੀ ਹੈ ਜਿਹੜੀ ਕਿ ਮਰੀਜ਼ ਨੂੰ ਪਤਾ ਲੱਗਣ ਤੋਂ ਬਾਅਦ ਵੀ ਮਰੀਜ਼ ਕਾਫੀ ਦੇਰ ਤੱਕ ਉਹਦਾ ਓਪਰੇਸ਼ਨ ਨਹੀਂ ਕਰਵਾਉਂਦਾ। ਇਸ 'ਚ ਇਹ ਗੱਲ ਜਾਣਨੀ ਬਹੁਤ ਜ਼ਰੂਰੀ ਹੈ ਕਿ ਹਰਨੀਆ ਦਾ ਕੋਈ ਦਵਾਈਆਂ ਵਾਲਾ ਜਾਂ ਮੈਡੀਸਿਨ ਵਾਲਾ ਓਪਰੇਸ਼ਨ ਵੀ ਇਲਾਜ ਨਹੀਂ ਹੈ, ਯਾਨੀ ਕਿ ਹਰਨੀਆ ਦਾ ਹਮੇਸ਼ਾ ਓਪਰੇਸ਼ਨ ਹੀ ਕਰਨਾ ਪੈਂਦਾ ਹੈ ਔਰ ਇਹਨੂੰ ਜਿੰਨੇ ਜਲਦੀ ਕਰਾ ਲਿਆ ਜਾਵੇ ਉਨਾ ਹੀ ਮਰੀਜ਼ ਵਾਸਤੇ ਆਸਾਨ ਹੁੰਦਾ ਹੈ। ਹਰਨੀਆ ਦੇ ਵਿੱਚ ਮਰੀਜ਼ ਨੂੰ ਕੀ ਤਕਲੀਫ ਹੁੰਦੀ ਹੈ? ਮਰੀਜ਼ ਨੂੰ ਜੋ ਤਕਲੀਫ ਹੁੰਦੀ ਹੈ ਉਹ ਆਮ ਤੌਰ 'ਤੇ ਇਹੀ ਹੁੰਦਾ ਹੈ ਕਿ ਉਹਦੀ ਪੇਟ ਦੇ ਵਿੱਚ ਮਲੀਕਸ ਜਾਂ ਧੁੰਨੀ ਦੇ ਆਸ ਪਾਸ ਜਾਂ ਨੀਚੇ ਨਲਾਂ ਦੇ ਕੋਲ ਸਵੈਲਿੰਗ ਯਾਨੀ ਕਿ ਸੋਜਿਸ਼ ਆ ਜਾਂਦੀ ਹੈ ਜੋ ਕਿ ਆਰਾਮ ਕਰਨ ਨਾਲ ਘੱਟ ਜਾਂਦੀ ਹੈ ਲੇਕਿਨ ਤੁਰਦੇ ਫਿਰਨ ਨਾਲ ਜ਼ਿਆਦਾ ਵੱਧ ਜਾਂਦੀ ਹੈ। ਆਮ ਤੌਰ 'ਤੇ ਜਿਹੜੇ ਹਰਨੀਆਸ ਹੁੰਦੇ ਨੇ ਉਹਨਾਂ 'ਚ ਮਲੀਕਲ ਹਰਨੀਆ, ਇਨਗੁਆਇਨਲ ਹਰਨੀਆਸ ਅਤੇ ਪੁਰਾਣੇ ਓਪਰੇਸ਼ਨਾਂ ਕਰਕੇ ਜੋ ਹਰਨੀਆ ਬਣੇ ਹੁੰਦੇ ਜਿਹਨੂੰ ਇਨਸੀਨਲ ਹਰਨੀਆ ਕਹਿੰਦੇ ਆ, ਇਹ ਆਉਂਦੇ ਨੇ। ਸਾਰੇ ਹਰਨੀਆ ਦੇ ਓਪਰੇਸ਼ਨ ਓਪਨ ਅਤੇ ਦੂਰਬੀਨ ਨਾਲ ਕੀਤੇ ਜਾ ਸਕਦੇ ਆ ਲੇਕਿਨ ਕਿਹੜਾ ਓਪਰੇਸ਼ਨ ਉਹਨਾਂ ਲਈ ਵਧੀਆ ਰਹੇਗਾ ਇਹ ਸਰਜਨ ਨੂੰ ਦੇਖ ਕੇ ਪਤਾ ਲੱਗਦਾ ਹੈ। ਆਮ ਤੌਰ 'ਤੇ ਅੱਜ ਕੱਲ੍ਹ ਜ਼ਿਆਦਾਤਰ ਓਪਰੇਸ਼ਨ ਅਸੀਂ ਦੂਰਬੀਨ ਨਾਲ ਕਰ ਪਾਉਂਦੇ ਹਾਂ। ਦੂਰਬੀਨ ਨਾਲ ਕਰਨ ਦੇ ਨਾਲ ਜੋ ਮਰੀਜ਼ ਨੂੰ ਬੈਨੀਫਿਟ ਹੁੰਦਾ ਹੈ ਉਹ ਇਹ ਹੈ ਕਿ ਇੱਕ ਤਾਂ ਉਹਨੂੰ ਹੋਸਪਿਟਲ ਦੇ ਵਿੱਚ ਜ਼ਿਆਦਾ ਦੇਰ ਨਹੀਂ ਰਹਿਣਾ ਪੈਂਦਾ, ਛੋਟੇ ਕੱਟ ਲੱਗਦੇ ਆ ਇਸ ਕਰਕੇ ਜ਼ਿਆਦਾ ਪੇਨ ਨਹੀਂ ਹੁੰਦਾ, ਦੂਸਰਾ ਉਹਦੀ ਰਿਕਵਰੀ ਜਲਦੀ ਹੁੰਦੀ ਹੈ ਤਾਂ ਆਪਣੇ ਕੰਮ 'ਤੇ ਜਲਦੀ ਵਾਪਸ ਜਾ ਸਕਦਾ। ਕੰਪਲੀਕੇਸ਼ਨ ਰੇਟ ਜੋ ਹੈ ਉਹ ਵੀ ਅੱਛੇ ਹੱਥਾਂ ਵਿੱਚ ਦੂਰਬੀਨ ਦੇ ਨਾਲ ਕੀਤਾ ਹੋਇਆ ਓਪਰੇਸ਼ਨ ਘੱਟ ਕੰਪਲੀਕੇਸ਼ਨ ਦਿੰਦਾ। ਇਸ ਤੋਂ ਇਲਾਵਾ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਅਗਰ ਅਸੀਂ ਓਪਰੇਸ਼ਨ ਟਾਈਮ 'ਤੇ ਨਹੀਂ ਕਰਵਾਉਂਦੇ ਤਾਂ ਇਹਦੀ ਕੀ ਪ੍ਰੋਬਲਮ ਆ ਸਕਦੀ। ਹਰਨੀਆ ਦਾ ਓਪਰੇਸ਼ਨ ਅਗਰ ਆਪਾਂ ਨਹੀਂ ਕਰਵਾਉਂਦੇ ਤਾਂ ਵਿਦ ਟਾਈਮ ਉਹਦੀ ਸਵੈਲਿੰਗ ਵੱਧਦੀ ਰਹਿੰਦੀ ਹੈ ਅਤੇ ਉਸ 'ਚ ਦਰਦ ਵੱਧ ਜਾਂਦਾ ਹੈ ਜਾਂ ਕਈ ਵਾਰ ਉਸ 'ਚ ਆਂਤਰ ਫਸਣ ਕਰਕੇ ਬੰਦ ਪੈ ਜਾਂਦਾ ਹੈ। ਉਸ ਟਾਈਮ 'ਤੇ ਇਹਦਾ ਐਮਰਜੈਂਸੀ ਓਪਰੇਸ਼ਨ ਕਰਵਾਉਣਾ ਪੈਂਦਾ ਹੈ। ਇਸ ਕਰਕੇ ਅਸੀਂ ਸਾਰਿਆਂ ਨੂੰ ਇਹੀ ਐਡਵਾਈਜ਼ ਕਰਦੇ ਹਾਂ ਕਿ ਜਿਸ ਨੂੰ ਵੀ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਹੈ ਜਾਂ ਜਿਹਨੂੰ ਇਹ ਚੀਜ਼ ਡਾਇਗਨੋਸ ਹੋ ਚੁੱਕੀ ਹੈ ਉਹਨਾਂ ਨੂੰ ਇਹਦਾ ਜਲਦੀ ਓਪਰੇਸ਼ਨ ਕਰਵਾ ਲੈਣਾ ਚਾਹੀਦਾ। NHS ਹੋਸਪਿਟਲ ਜਲੰਧਰ ਦੇ ਵਿੱਚ ਸਾਡੇ ਕੋਲ ਲੇਟੈਸਟ ਮਸ਼ੀਨਰੀ, ਲੇਟੈਸਟ ਇਕਿਪਮੈਂਟ ਹੈਗਾ ਹੈ ਜੋ ਕਿ ਜਿਹਦੇ ਨਾਲ ਤੁਸੀਂ ਦੂਰਬੀਨ ਨਾਲ ਓਪਰੇਸ਼ਨ ਹਰਨੀਆਂ ਦਾ ਕਰਵਾ ਸਕਦੇ ਹੋ। ਇਸ ਕਰਕੇ ਸਾਨੂੰ ਅਸੀਂ ਸਾਰਿਆਂ ਨੂੰ ਇਹ ਸਲਾਹ ਦਿੰਦੇ ਹਾਂ ਕਿ ਜਿਹਨਾਂ ਨੂੰ ਵੀ ਇਹੋ ਜਿਹੀ ਕੋਈ ਪ੍ਰੋਬਲਮ ਹੈ ਉਹ ਜਲਦੀ ਤੋਂ ਜਲਦੀ ਆਪਣਾ ਇਲਾਜ ਕਰਵਾਉਣ ਵਾਸਤੇ ਸਾਨੂੰ ਵੀ ਕਰਨ।